हाँ जी दोस्तों, स्वागत है तुहाडा अज दी साडी नवी वीडियो दे विच। ते अज तुहाडे लई लैके आए हां आपां सरदार प्रकाश सिंह बादल जी दी जीवनी ते वीडियो। ते अगर उहनां दी जीवन ते आपां झात मारीए तां सरदार प्रकाश सिंह बादल जी दा जन्म 8 दसंबर 1927 नूं मलोट दे नेड़े पिंड अव्वल खुराणा दे विच होया सीगा। प्रकाश सिंह बादल दा सियासी सफर उहनां दे पिंड दी सरपंची तों शुरू होया सीगा। ਅਤੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਜੇਕਰ ਰਾਜਨੀਤਿਕ ਅਤੇ ਸਿਆਸੀ ਜੀਵਨ ਦੀ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਉੱਪਰ ਗਿਆਨੀ ਕਰਤਾਰ ਸਿੰਘ ਅਤੇ ਮਾਸਟਰ ਤਾਰਾ ਸਿੰਘ ਦਾ ਕਾਫੀ ਜ਼ਿਆਦਾ ਪ੍ਰਭਾਵ ਸੀਗਾ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਕਾਫੀ ਸਮਾਂ ਜੇਲ੍ਹਾਂ ਦੇ ਵਿੱਚ ਗੁਜ਼ਾਰਿਆ ਹੈ। 1947 ਦੇ ਵਿੱਚ ਉਹ ਪਿੰਡ ਤੋਂ ਸਰਪੰਚ ਬਣੇ ਅਤੇ 1957 ਦੇ ਵਿੱਚ ਉਹ ਪਹਿਲੀ ਵਾਰ MLA ਬਣੇ ਸਨ। ਉੱਥੋਂ ਹੀ ਉਹਨਾਂ ਦੇ ਸਿਆਸੀ ਜੀਵਨ ਨੇ ਉਡਾਣ ਭਰੀ ਸੀ। ਫਿਰ 1966 ਵਿੱਚ ਅਕਾਲੀ ਦਲ ਵਿੱਚ ਪੰਜਾਬੀ ਸੂਬਾ ਮੋਰਚਾ ਲਗਾਇਆ ਜਾਂਦਾ ਹੈ ਅਤੇ ਬੋਲੀ ਦੇ ਆਧਾਰ 'ਤੇ ਪੰਜਾਬ ਦੀ ਵੰਡ ਕੀਤੀ ਜਾਂਦੀ ਹੈ। ਅਤੇ ਫਿਰ 18 ਸਤੰਬਰ 1966 ਨੂੰ ਲੋਕ ਸਭਾ ਦੇ ਵਿੱਚ ਪੰਜਾਬ ਰੀਔਰਗਨਾਈਜੇਸ਼ਨ ਬਿੱਲ ਪਾਸ ਕੀਤਾ ਜਾਂਦਾ ਹੈ ਅਤੇ ਫਿਰ ਨਵੰਬਰ 1966 ਨੂੰ ਪੰਜਾਬ ਅਤੇ ਹਰਿਆਣਾ ਨੂੰ ਭਾਸ਼ਾ ਦੇ ਆਧਾਰ 'ਤੇ ਅਲੱਗ ਅਲੱਗ ਸੂਬਾ ਬਣਾਇਆ ਜਾਂਦਾ ਹੈਗਾ। 1969 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਚਾਇਤੀ ਰਾਜ ਅਤੇ ਕਮਿਊਨਿਟੀ ਮੰਤਰੀ ਬਣੇ ਸਨ ਅਤੇ 1970 ਦੇ ਵਿੱਚ ਮੁੱਖ ਮੰਤਰੀ ਗੁਰਨਾਮ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਜਨ ਸੰਘ ਦੀ ਸਾਂਝੀ ਸਰਕਾਰ ਆਉਂਦੀ ਹੈ। ਉਸਦੇ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣਦੇ ਹਨ ਅਤੇ ਉਹ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਸਨ। ਅੱਜ ਵੀ ਦੇਸ਼ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣਨ ਦਾ ਰਿਕਾਰਡ ਪ੍ਰਕਾਸ਼ ਸਿੰਘ ਬਾਦਲ ਦਾ ਹੈ। ਅਤੇ ਫਿਰ ਪੰਜਾਬ ਦੇ ਵਿੱਚ ਐਮਰਜੈਂਸੀ ਦਾ ਦੌਰ ਆਉਂਦਾ ਹੈ ਅਤੇ ਪੰਜਾਬ ਨੂੰ ਬਹੁਤ ਹੀ ਔਖੇ ਸਮੇਂ ਵਿੱਚੋਂ ਲੰਘਣਾ ਪੈਂਦਾ ਹੈ। 1975 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਿਰ ਤੋਂ ਮੋਰਚਾ ਲਾਉਂਦੇ ਨੇਗੇ। ਜੇਕਰ ਸਿਆਸੀ ਲਹਿਰਾਂ ਦੀ ਗੱਲ ਮੰਨੀਏ ਤਾਂ ਉਸ ਸਮੇਂ 43,000 ਸਿੰਘਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸਨ ਅਤੇ ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਧੀ ਦੀ ਡੋਲੀ ਤੋੜਨ ਦੇ ਲਈ ਮਿਲੀ ਪਰੌਲ 'ਤੇ ਵੀ ਜਾਣ ਤੋਂ ਇਨਕਾਰ ਕੀਤਾ ਸੀ। 1977 ਦੇ ਵਿੱਚ ਦੇਸ਼ ਵਿੱਚ ਜਨਤਾ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਅਤੇ ਉਸ ਸਰਕਾਰ ਵਿੱਚ ਸਰਦਾਰ ਬਾਦਲ ਨੂੰ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਬਣਾਇਆ ਜਾਂਦਾ ਹੈ। ਪਰ ਸਰਦਾਰ ਬਾਦਲ ਕੁਝ ਸਮਾਂ ਮੰਤਰੀ ਰਹਿਣ ਤੋਂ ਬਾਅਦ ਆਪਣਾ ਸਿਆਸੀ ਸਫ਼ਰ ਫਿਰ ਤੋਂ ਪੰਜਾਬ ਤੋਂ ਸ਼ੁਰੂ ਕਰਦੇ ਹਨ ਅਤੇ ਫਿਰ 1977 ਦੇ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਵਾਲੀ ਸਰਕਾਰ ਬਣਦੀ ਹੈ ਅਤੇ ਸਰਦਾਰ ਬਾਦਲ ਮੁੜ ਤੋਂ ਇਸ ਸਰਕਾਰ ਦੇ ਮੁੱਖ ਮੰਤਰੀ ਬਣਦੇ ਹਨ। 17 ਫਰਵਰੀ 1980 ਨੂੰ ਪੰਜਾਬ ਵਿੱਚ ਫਿਰ ਤੋਂ ਐਮਰਜੈਂਸੀ ਦਾ ਦੌਰ ਆਉਂਦਾ ਹੈ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਰਦਾਰ ਬਾਦਲ ਕਾਫੀ ਜ਼ਿਆਦਾ ਤਜਰਬੇਕਾਰ ਲੀਡਰ ਹਨ ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਕਾਫੀ ਜ਼ਿਆਦਾ ਉਤਰਾਅ ਚੜ੍ਹਾਅ ਆਏ ਹਨ। ਪੰਜਾਬ ਔਖੇ ਦੌਰ ਵਿੱਚੋਂ ਨਿਕਲਿਆ ਹੀ ਸੀ ਕਿ 1991 ਦੇ ਵਿੱਚ ਜਿਹੜੀ ਅਸੈਂਬਲੀ ਇਲੈਕਸ਼ਨ ਹੋਣੇ ਸਨ ਉਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਰੋਸ ਵਜੋਂ ਅਕਾਲੀ ਦਲ। ਅਤੇ 1992 ਦੇ ਵਿੱਚ ਅਸੈਂਬਲੀ ਇਲੈਕਸ਼ਨਾਂ ਦਾ ਬਾਈਕਾਟ ਕਰ ਦਿੱਤਾ ਅਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਗਈ ਅਤੇ ਕਾਂਗਰਸ ਸਰਕਾਰ ਦੇ 5 ਸਾਲ ਪੂਰੇ ਹੋਣ ਤੋਂ ਬਾਅਦ ਤੀਜੀ ਵਾਰ ਫਿਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ 1997 ਦੇ ਵਿੱਚ ਮੁੱਖ ਮੰਤਰੀ ਬਣ ਜਾਂਦੇ ਹਨ। ਇਸ ਦੌਰਾਨ ਬਾਦਲ ਨੇ ਪੰਜਾਬ ਦੇ ਲੋਕਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਉਹ ਕਾਫੀ ਸਮਾਂ ਲੋਕਾਂ ਦੇ ਵਿੱਚ ਵਿਚਰਨ ਲੱਗੇ ਅਤੇ 1997 ਦੇ ਵਿੱਚ ਹੀ ਉਹਨਾਂ ਦੀ ਇਸ ਟਰਮ ਦੇ ਵਿੱਚ ਸਰਦਾਰ ਬਾਦਲ ਵੱਲੋਂ ਰਣਜੀਤ ਸਾਗਰ ਡੈਮ ਅਤੇ ਲਹਿਰਾ ਮੁਹੱਬਤ ਪਲਾਂਟ ਅਤੇ ਸ਼ਾਹਪੁਰ ਕੰਡੀ ਵਿਖੇ ਪੰਜਾਬ ਦਾ ਕਾਰੋਬਾਰ ਵਧਾਉਣ ਦੇ ਲਈ ਫੋਕਲ ਪੁਆਇੰਟ ਬਣਾਏ ਗਏ। ਪਰ ਸੰਨ 2002 ਵਿੱਚ ਕਾਂਗਰਸ ਮੁੜ ਸੱਤਾ ਦੇ ਵਿੱਚ ਆਈ ਅਤੇ ਉਸ ਵਿੱਚ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਅਤੇ ਸੰਨ 2007 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੜ ਚੌਥੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਦੇ ਹਨ। ਇਸ ਦੌਰਾਨ ਉਹਨਾਂ ਨੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਨਿਰਮਾਣ ਕਰਵਾਇਆ ਅਤੇ ਪੰਜਾਬ ਨੂੰ 12,000 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣਾਇਆ ਅਤੇ ਖੇਤੀਬਾੜੀ ਲਈ ਮੁਫ਼ਤ ਬਿਜਲੀ ਦਾ ਐਲਾਨ ਵੀ ਉਹਨਾਂ ਨੇ ਆਪਣੀ ਟਰਮ ਦੇ ਦੌਰਾਨ ਕੀਤਾ ਸੀ। ਇਹੀ ਟਰਮ ਦੇ ਦੌਰਾਨ ਹੀ ਉਹਨਾਂ ਨੇ ਟਰੈਕਟਰ ਟਰਾਲੀਆਂ ਨੂੰ ਰੋਡ ਟੈਕਸ ਤੋਂ ਛੂਟ ਦਵਾਈ ਸੀ। 1907 ਵਿੱਚ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਟਾ ਦਾਲ ਸਕੀਮ ਅਤੇ ਸ਼ਗਨ ਸਕੀਮ ਚਲਾਇਆ ਸੀ। ਇਸ ਟਰਮ ਦੌਰਾਨ ਹੀ ਉਹਨਾਂ ਨੇ ਵਿਰਾਸਤ ਏ ਖਾਲਸਾ, ਜੰਗੀ ਆਜ਼ਾਦੀ ਅਤੇ ਚੱਪੜ ਚਿੜੀ ਯਾਦਗਾਰ ਅਤੇ ਪੰਜਾਬ ਸਟੇਟ ਵਾਰ ਮੈਮੋਰੀਅਲ ਬਣਾਏ ਸਨ। ਸਾਲ 2011 ਦੇ ਵਿੱਚ ਅਕਾਲ ਤਖ਼ਤ ਵੱਲੋਂ ਸਰਦਾਰ ਬਾਦਲ ਨੂੰ ਪੰਥ ਰਤਨ ਅਤੇ ਫਕਰ ਏ ਕੌਮ ਦੇ ਨਾਲ ਨਿਵਾਜਿਆ ਗਿਆ। 2015 ਦੇ ਵਿੱਚ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ। 2012 ਦੇ ਵਿੱਚ
पंजाब दे विच फिर तो पांचवीं बार मुख्यमंत्री बनने ते उन्हां दे नाम भी ये रिकॉर्ड है कि वह सब तो छोटी उम्र अते सब तो वड्डी उम्र दे मुख्यमंत्री रहे हन। इंडिया दे विच शायद ही इंडिया दी हिस्ट्री दे विच कोई होर रियासत दान यह प्राप्ति मिली होवे। अते सरदार बादल अते दे सियासी कैरियर दे विच शुरू तो ही उन्हां दे नाल विवाद चलते रहे हन। 25 अप्रैल नूं मोहाली दे फोर्टिस हस्पताल दे विच 94 साल की उम्र विच सरदार प्रकाश सिंह बादल अपनी आखिरी सांस ले अते अपने जीवन नूं पूरा कर गए। हाँ जी दोस्तों, तुहानूं साडी वीडियो किवें दी लगी होवे कमेंटा दे विच कमेंट करके जरूर दसना। वीडियो नूं लाइक करना अते वीडियो नूं वध तों वध शेयर करना जी। धन्यवाद।